ABC ਬੁਲੇਟਿਨ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਅੱਜ ਦੀਆਂ ਮੁਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਖਬਰ ਵਿਜੀਲੈਂਸ ਦੀ ਜਾਂਚ ਨਾਲ ਜੁੜੀ ਹੋਈ ਹੈ ਜਾਂਚ ਕਿਸ ਦੀ ਜੰਗ ਦੇ ਸ਼ਹਾਦਤ ਜਿਹੜਾ ਸਮਾਰਕ ਹੈ ਉਸ ਨੂੰ ਲੈ ਕੇ ਜਦੋਂ ਉਸ ਦੀ ਇਮਾਰਤ ਨੂੰ ਸਾਰਿਆ ਗਿਆ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਜਦੋਂ ਮੇਨਟੇਨ ਕੀਤਾ ਗਿਆ ਕੋਈ ਗੜਬੜ ਹੋਈ ਹੈ ਜਾਂ ਨਹੀਂ ਹੋਈ ਇਸ ਕੇਸ ਨੂੰ ਲੈ ਕੇ ਵਿਜੀਲੈਂਸ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਅਜੀਤ ਸਮਾਚਾਰ ਦੇ ਮੁਖ ਸੰਪਾਦਕ ਤੇ ਮਾਲਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਨੂੰ ਵੀ ਤਲਬ ਕੀਤਾ ਜਾ ਚੁੱਕਾ ਹੈ ਇਸ ਦੇ ਲਈ ਉਹ ਅਦਾਲਤ ਵਾਲੇ ਵੀ ਰੁਕ ਕਰ ਚੁੱਕੇ ਨੇ ਔਰ ਇੱਕ ਵਾਰੀ ਉਹਨਾਂ ਦੀ ਪੇਸ਼ੀ ਵੀ ਹੋ ਚੁੱਕੀ ਹੈ ਮੁਰ 11 ਅਗਸਤ ਨੂੰ ਜਿਹੜਾ ਤਲਬ ਕਰ ਲਿਆ ਗਿਆ ਜਿਸ ਦੇ ਵਿੱਚ ਹੋਰ ਕਿਸ ਕਿਸ ਨੂੰ ਬੁਲਾਇਆ ਜਾਵੇਗਾ ਆਈਐਸ ਤੇ ਮੁਖਸ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਇਹਨਾਂ ਨੂੰ ਤਲਬ ਕੀਤਾ ਗਿਆ ਇਸ ਦੇ ਨਾਲ ਹੀ 6 ਇੰਜੀਨੀਅਰ ਨੇ ਜਿਹੜੇ ਉਹਨਾਂ ਦੇ ਨਾਮ ਵੀ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਵਿਜੀਲੈਂਸ ਨੇ ਕਿਹਾ ਕਿ ਜੰਗ ਦੀ ਆਜ਼ਾਦੀ ਸਮਾਰਕ ਹੈ ਜਿਹੜਾ ਉਸ ਦਾ ਕੰਮ ਅਧੂਰਾ ਹੈ ਕੰਪਨੀ ਨੂੰ ਕੇ ਪੇਮੈਂਟ ਹੈ ਜਿਹੜੀ ਉਹ ਪੂਰੀ ਕਰ ਦਿੱਤੀ ਗਈ ਸੀ ਇਸੇ ਨੂੰ ਲੈ ਕੇ ਪੰਜਾਬ ਵਿਜੀਲੈਂਸ ਬਿਊਰੋ ਨੇ ਕਰਤਾਰਪੁਰ ਦੇ ਵਿੱਚ ਬਣਾਏ ਗਏ ਜੰਗ ਅਜ਼ਾਦੀ ਸਮਾਰਕ ਦੇ ਮਾਮਲੇ ਦੇ ਵਿੱਚ ਇੱਕ ਹੋਰ ਫਿਰ ਤੋਂ ਮੁੱਖ ਸੰਪਾਦਕ ਅਜੀਤ ਸਮਾਚਾਰ ਦੇ ਬਰਜਿੰਦਰ ਸਿੰਘ ਹਮਦਰਦ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਵਾਰ ਵਿਜੀਲੈਂਸ ਨੇ ਉਹਨਾਂ ਦੇ ਨਾਲ ਹੀ ਸਾਥੀ ਤਤਕਾਲੀ ਪੀ ਡਬਲਯੂ ਡੀ ਦੇ 6 ਕਾਰਜਕਾਰੀ ਇੰਜੀਨੀਅਰ ਦੇ ਨਾਲ ਨਾਲ ਆਈਐਸ ਅਧਿਕਾਰੀ ਵਿਨੇ ਬਬਲਾਨੀ ਨੂੰ 11 ਅਗਸਤ ਨੂੰ ਤਲਬ ਕੀਤਾ ਹੈ ਆਪਣੇ ਭੇਜੇ ਗਏ ਨੋਟਿਸ ਦੇ ਵਿੱਚ ਵਿਜੀਲੈਂਸ ਨੇ ਪਿਛਲੇ ਦਿਨਾਂ ਦੇ ਵਿੱਚ ਵਰਜਿੰਦਰ ਸਿੰਘ ਹਮਦਰਦ ਨੂੰ ਭੇਜੇ ਜਵਾਬ ਦੇ ਉੱਤੇ ਆਸੰਤੁਸ਼ਟੀ ਜਤਾਈ ਹੈ। ਉਹਨਾਂ ਨੇ ਆਖਿਆ ਕਿ ਦੁਬਾਰਾ ਪੇਸ਼ ਹੋ ਹੋਵੋ ਔਰ ਜਿਹੜੇ ਵੀ ਸਵਾਲ ਕੀਤੇ ਜਾ ਰਹੇ ਨੇ ਉਹਨਾਂ ਦੇ ਜਵਾਬ ਦਿੱਤੇ ਜਾਣ। ਪੰਜਾਬ ਵਿਜੀਲੈਂਸ ਨੇ ਵਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਨੋਟਿਸ ਭੇਜਿਆ ਤੇ ਨਾਲ ਹੀ ਸਮਾਰਕ ਦੇ ਵਿੱਚ ਜਿਹੜਾ ਕਥਿਤ ਘਟਾਲੇ ਦੀ ਗੱਲ ਸਾਹਮਣੇ ਆਈ ਸੀ ਉਸ ਨੂੰ ਲੈ ਕੇ ਜਿਸ ਗੋਦਰੇਜ ਕੰਪਨੀ ਨੂੰ ਜੰਗ ਦੇ ਆਜ਼ਾਦੀ ਸਮਾਰਕ ਬੁੱਤ ਬਣਾਉਣ ਦੇ ਨੂੰ ਲੈ ਕੇ ਗੈਲਰੀਆਂ ਬਣਾਉਣ ਨੂੰ ਲੈ ਕੇ ਕੰਮ ਦਿੱਤਾ ਗਿਆ ਸੀ ਉਸ ਨੇ ਗੰਮ ਹਾਲੇ ਪੂਰਾ ਹੀ ਨਹੀਂ ਸੀ ਕੀਤਾ ਪਰ ਉਸ ਨੂੰ ਪੇਮੈਂਟ ਪੂਰੀ ਕਰ ਦਿੱਤੀ ਗਈ ਸੀ ਔਰ ਪੂਰੀ ਪੇਮੈਂਟ ਕੀਤੀ ਗਈ ਹੈ ਕਿੰਨੀ ਪੇਮੈਂਟ ਕੀਤੀ ਗਈ ਹੈ ਸਾਰੇ ਵੇਰਵਿਆਂ ਨੂੰ ਲੈ ਕੇ ਜਾਂਚ ਪੜਤਾਲ ਜਾਰੀ ਹੈ ਜੰਗ ਦੇ ਆਜ਼ਾਦੀ ਨਵੰਬਰ 216 ਦੇ ਵਿੱਚ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗੱਠ ਜੋੜ ਵਾਲੀ ਸਰਕਾਰ ਦੇ ਦੌਰਾਨ ਇਸ ਨੂੰ ਜਿਹੜਾ ਉਦਘਾਟਨ ਇਸ ਦਾ ਕੀਤਾ ਗਿਆ ਸੀ ਇਸ ਮਸਲੇ ਦੇ ਵਿੱਚ ਹੁਣ 2018 ਦੇ ਵਿੱਚ ਬਣ ਕੇ ਜਿਹੜਾ ਪੂਰੀ ਤਰ੍ਹਾਂ ਤਿਆਰ ਹੋ ਗਿਆ 25 ਏਕੜ ਦੇ ਵਿੱਚ ਲਗਭਗ ਜਿਹੜਾ ਆਜ਼ਾਦੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਝਲਕੀਆਂ ਨੇ ਜਿਹੜੀਆਂ ਮੈਮੋਰੀਅਲ ਤਸਵੀਰਾਂ ਨੇ ਉਹ ਦਿਖਾਈਆਂ ਗਈਆਂ ਇਸ ਨੂੰ ਬਣਾਉਣ ਨੂੰ ਲੈ ਕੇ 315 ਕਰੋੜ ਰੁਪਏ ਤੱਕ ਦਾ ਖਰਚ ਦੱਸਿਆ ਜਾਂਦਾ ਰਿਹਾ ਹੈ ਕਿ ਹੋਇਆ 10 ਦੀ ਜਗ੍ਹਾ ਦੇ ਉੱਤੇ 6 ਗੈਲਰੀਆਂ ਹੀ ਬਣਾਈਆਂ ਗਈਆਂ ਹਾਲਾਂਕਿ ਬਾਕੀਆਂ ਦਾ ਬਣਾਉਣਾ ਵੀ ਕੰਮ ਵਿੱਚ ਅਧੂਰਾ ਰਹਿ ਗਿਆ ਸੀ ਬਰਜਿੰਦਰ ਸਿੰਘ ਹਮਦਰਦ ਨੇ ਪੇਸ਼ ਹੋਣ ਤੋਂ ਪਹਿਲਾਂ ਨਾਂ ਵੀ ਕੀਤੀ ਫਿਰ ਅਦਾਲਤ ਦਾ ਰੁਕ ਕੀਤਾ ਫਿਰ ਕੁਝ ਜਵਾਬ ਦਿੱਤੇ ਵਿਜੀਲੈਂਸ ਨੇ ਆਪਣੇ ਭੇਜੇ ਨੋਟਿਸ ਦੇ ਵਿੱਚ ਉਸ ਵੱਲੋਂ ਦਿੱਤੇ ਗਏ ਜਿਹੜੇ ਜਵਾਬ ਨਹੀਂ ਉਹਨਾਂ ਦੇ ਵੱਲੋਂ ਦਿੱਤੇ ਗਏ ਉਹਨਾਂ ਤੋਂ ਅਸੰਤੁਸ਼ਟੀ ਜ਼ਾਹਰ ਕੀਤੀ ਹੈ ਤੇ ਹੁਣ ਇਸੇ ਦੇ ਕਰਕੇ 6 ਕਾਰਜਕਾਰੀ ਪੀ ਡਬਲਯੂ ਡੀ ਦੇ ਇੰਜੀਨੀਅਰ ਇੱਕ ਆਈਐਸ ਵਿਨੇ ਬਬਲਾਨੀ ਤੇ ਸਮੇਤ ਬਰਜਿੰਦਰ ਸਿੰਘ ਹਮਦਰਦ ਅਜੀਤ ਸਮਾਚਾਰ ਦੇ ਮੁੱਖ ਸੰਪਾਦਕ ਉਹਨਾਂ ਨੂੰ 11 ਅਗਸਤ ਨੂੰ ਮੁੜ ਪੇਸ਼ ਹੋਣ ਲਈ ਆਖ ਦਿੱਤਾ ਗਿਆ ਤਾਂ ਉਹਨਾਂ ਨੂੰ ਇਹ ਪੇਸ਼ ਹੋਣ ਦਾ ਜਿਹੜਾ ਮੌਕਾ ਦਿੱਤਾ ਗਿਆ ਉਸ ਦੇ ਵਿੱਚ ਆਪਣੇ ਆਪਣੇ ਪੱਖ ਰੱਖਣ ਦੀ ਗੱਲ ਕਹੀ ਗਈ ਹੈ ਪਠਾਨਕੋਟ ਦਾ ਇੱਕ ਬਹੁਤ ਚਰਚਿਤ ਮਸਲਾ ਉਸ ਦੇ ਨਾਲ ਜੁੜੀ ਅਗਲੀ ਖਬਰ ਹੈ ਉਹ ਜੁੜੀ ਹੈ ਕਿ ਏਡੀਸੀ ਜਿਸ ਨੂੰ ਤਰੱਕੀ ਦੇ ਦੇ ਕੇ ਥੋੜੇ ਹੀ ਦਿਨਾਂ ਦੇ ਵਿੱਚ 100 ਏਕੜ ਜ਼ਮੀਨ ਆ ਜਿਹੜੀ ਪ੍ਰਾਈਵੇਟ ਵਿਅਕਤੀਆਂ ਦੇ ਟੇਡੇ ਢੰਗ ਨਾਲ ਨਾਮ ਕਰ ਦਿੱਤੀ ਗਈ ਉਸ ਦੇ ਬਦਲੇ ਉਹਨਾਂ ਨੇ ਕੀ ਕੁਝ ਆਪਣੀ ਜੇਬ ਦੇ ਵਿੱਚ ਪਾਇਆ ਹੋਵੇਗਾ ਇਸ ਸਾਰੀ ਗੱਲ ਨੂੰ ਲੈ ਕੇ ਲਗਾਤਾਰ ਜਾਂਚ ਪੜਤਾਲ ਹੋਈ ਫਿਰ ਮੁਖ ਸਕੱਤਰ ਅਨੁਰਾਗ ਵਰਮਾ ਨੇ ਹੁਕਮ ਦਿੱਤੇ ਕਿ ਉਸ ਐਡੀਸੀ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ ਫਿਰ ਮੰਗ ਉੱઠી ਕਿ ਕੁਝ ਕੈਬਨਿਟ ਮੰਤਰੀ ਜਿਨ੍ਹਾਂ ਨੇ ਇੱਕ ਦੂਜੇ ਦੀ ਸਿਫਾਰਿਸ਼ ਕੀਤੀ ਇਸ ਮਸਲੇ ਦੇ ਵਿੱਚ ਇਸ ਕੇਸ ਨੂੰ ਲੈ ਕੇ ਉਸ ਨੂੰ ਤਰੱਕੀ ਦੇਣ ਨੂੰ ਲੈ ਕੇ ਉਸ ਦੇ ਵਿੱਚ ਮੰਤਰੀ ਲਾਲਚੰਦ ਘਟਾਰੂਚੱਕ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਦੇ ਕੋਲ ਪਹਿਲਾਂ ਇਹ ਮਹਿਕਮਾ ਸੀ ਉਹਨਾਂ ਦੀ ਵੀ ਆਲੋਚਨਾ ਸਖਤ ਸ਼ਬਦਾਂ ਦੇ ਵਿੱਚ ਵਿਰੋਧੀ ਸਿਆਸੀ ਕਰਦੇ ਦਿਖਾਈ ਦੇ ਰਹੇ ਨੇ ਪਰ ਇਸ ਨਵੇਂ ਮਸਲੇ ਦੇ ਵਿੱਚ ਅਪਡੇਟ ਆਜੇ ਰਿਹਾ ਕਿ ਬਿਜ਼ਨਸ ਬਿਊਰੋ ਨੇ ਪਠਾਨਕੋਟ ਪੰਚਾਇਤੀ ਜ਼ਮੀਨ ਘਟਾਲੇ ਦੇ ਵਿੱਚ ADC ਤੇ ਦੋ ਔਰਤਾਂ ਸਮੇਤ ਲਾਭਪਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 300 734 ਕਨਾਲ ਤੇ ਇੱਕ ਮਰਲੇ ਪੰਚਾਇਤੀ ਜ਼ਮੀਨ ਘਟਾਲੇ ਦੇ ਸਬੰਧ ਵਿੱਚ ਸੇਵਾ ਮੁਕਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਡੀਡੀਪੀਓ ਜਿਸ ਨੂੰ ਪਹਿਲਾਂ ਬੀਡੀਪੀਓ ਸੀ ਫਿਰ ਤਰੱਕੀ ਦਿੱਤੀ ਗਈ ਫਿਰ ਥੋੜੇ ਹੀ ਦਿਨਾਂ ਦੇ ਲਈ ਐਡੀਸੀ ਪਠਾਨਕੋਟ ਦਾ ਚਾਰਜ ਵੀ ਦੇ ਦਿੱਤਾ ਗਿਆ ਸੱਤ ਪ੍ਰਾਈਵੇਟ ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋਇਆ ਇਸ ਮਾਮਲੇ ਵਿੱਚ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਮੁਜਲਮ ਮੁਲਜ਼ਮ ਜਿਹੜਾ ਹੈ ਐਡੀਸੀ ਕੁਲਦੀਪ ਸਿੰਘ 27/2/2023 ਨੂੰ ਵੀਨਾ ਪਰਮਾਰ ਤੇ ਹੋਰ ਬਨਾਮ ಗ್ರಾಮ ਪੰਚਾਇਤ ਪਿੰਡ ਗੋਲ ਬਲਾਕ ਕਨਰੋਟ ਜੈਮਲ ਸਿੰਘ ਵਾਲਾ ਜ਼ਿਲ੍ਹਾ ਪਠਾਨਕੋਟ ਦੇ ਮਾਮਲੇ ਵਿੱਚ ਪ੍ਰਾਈਵੇਟ ਵਿਕਤੀਆਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਉਸ ਦੇ ਇਸ ਮੰਦ ਭਾਵਨਾ ਵਾਲੇ ਫੈਸਲੇ ਕਾਰਨ 734 ਕਨਾਲ ਤੇ ਇੱਕ ਮਰਲਾ ਪੰਚਾਇਤੀ ਜ਼ਮੀਨ ਕੁਝ ਪ੍ਰਾਈਵੇਟ ਵਿਕਤੀਆਂ ਦੇ ਨਾਂ ਤੇ ਤਬਦੀਲ ਹੋਣ ਦਾ ਰਾਹ ਪੱਧਰਾ ਹੋ ਗਿਆ ਸੀ ਇਸ ਸੰਬੰਧੀ ਸਾਬਕਾ ਡੀਡੀਪੀਓ ਕੁਲਦੀਪ ਸਿੰਘ ਵਾਸੀ ਮਕਬੂਲਪੁਰਾ ਅੰਮ੍ਰਿਤਸਰ ਦੇ ਵਿੱਚੋਂ ਪੈਂਦਾ ਇਸ ਫੈਸਲੇ ਦੇ ਲਾਭਪਾਤਰੀਆਂ ਜਿੰਨਾ ਵਿੱਚ ਵੀਨਾ ਪਰਮਾਰ ਵਾਸੀ ਕ੍ਰਿਸ਼ਨानगर ਹਸ਼ਾਰਪੁਰ ਇੰਦਰਦੀਪ ਕੌਰ ਵਾਸੀ ਫਿਰੋਜ਼ਪੁਰ ਸਿਟੀ ਭਾਰਤੀ ਬੰਟਾ ਵਾਸੀ ਕ੍ਰਿਸ਼ਨਾ ਨਗਰ ਪਠਾਨਕੋਟ ਤਰਸੀਮ ਰਾਣੀ ਵਾਸੀ ਗੁਰਦਾਸਪੁਰ ਬਲਵਿੰਦਰ ਕੌਰ ਵਾਸੀ ਪਿੰਡ ਤਾਰਾਗੜ ਪਠਾਨਕੋਟ ਦੇ ਵਿੱਚੋਂ ਪੈਂਦਾ ਮਨਜੀਤ ਕੌਰ ਵਾਸੀ ਪਿੰਡ ਤਾਰਾਗੜ ਪਠਾਨਕੋਟ ਪ੍ਰਵੀਨ ਕੁਮਾਰੀ ਵਾਸੀ ਪਿੰਡ ਕਲਾਨੌਰ ਇਸ ਦੇ ਵਿੱਚ ਇੱਕ ਗੱਲ ਖਾਸ ਤੌਰ ਤੇ ਕਿ ਜਿਹੜੇ ਵੀ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਕੀਤੇ ਗਏ ਉਸ ਦੇ ਵਿੱਚ ਸਾਰੀਆਂ ਬੀਬੀਆਂ ਦਾ ਨਾਮ ਜਿਹੜਾ ਉਹ ਸ਼ਾਮਲ ਹੈ ਔਰ थाना विजिलेंस ब्यूरो ਅਮ੍ਰਿਤਸਰ ਰੇਂਜ ਵਿੱਚ 98223 IPC ਦੀ ਧਾਰਾ 409 420 120B ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਤੇ 13(2) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ FIR ਨੰਬਰ 26 ਦਿੱਤਾ ਹੈ। ਇਹ ਵੀ ਦੱਸਿਆ ਗਿਆ ਕਿ ਮੁਲਜ਼ਮ ਇੰਦਰਪ੍ਰੀਤ ਕੌਰ, ওয়াসিফ রোজਪੁਰ ਸਿਟੀ ਤੇ ਭਾਰਤੀ ਬਾਂਟਾਂ ওয়াসি கிருஷ்ਣਾਨਗਰ ਪਠਾਨਕੋਟ ਜਿਨ੍ਹਾਂ ਨੂੰ ਕਰੀਬ 29 ਏਕੜ ਜ਼ਮੀਨ ਪੰਚਾਇਤੀ ਮਿਲੀ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਨਵੀਂ ਵਿਦਿਆ ਸਿਆਕੇ ਮਾਮਲੇ ਮਾਮਲੇ ਦੀ ਜਿਹੜੀ ਅਗਲੇਰੀ ਜਾਂਚ ਹੈ ਉਹ ਵੀ ਲਗਾਤਾਰ ਜਾਰੀ ਹੈ ਜੋ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਾਨੂੰਨ ਦੇ ਹਿਸਾਬ ਨਾਲ ਕੀਤੀ ਜਾਵੇਗੀ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵਿਅਕਤੀਆਂ ਲਈ ਇੱਕ ਵਿਸ਼ੇਸ਼ ਕੋਰਸ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ ਇਹ ਫੈਸਲਾ ਕਿ ਸੁਧਾਰ ਤੇ ਕਿਵੇਂ ਲਿਆ ਗਿਆ ਇਸ ਨੂੰ ਲਾਗੂ ਕਿਵੇਂ ਕੀਤਾ ਜਾਣਾ ਇਸ ਬਾਰੇ ਜਾਣਕਾਰੀ ਦਿੱਤੀ ਇਸੇ ਹੀ ਸੰਬੰਧਿਤ ਮਹਿਕਮੇ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਅਨੁਸੂਚੀ ਜਾਤੀਆਂ ਦੇ ਗ੍ਰੈਜੂਏਟ ਯੋਗਾਂ ਲਈ ਸਟੈਨੋਗ੍ਰਾਫੀ ਦੀ ਸਿਖਲਾਈ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਅਨੁਸੂਚੀ ਜਾਤੀਆਂ ਦੇ ਗ੍ਰੈਜੂਏਟ ਯੋਗਾਂ ਲਈ ਇਹ ਮੁਫਤ ਕੋਰਸ ਸ਼ੁਰੂ ਕੀਤਾ ਗਿਆ ਹੈ ਅਰਜ਼ੀਆਂ ਭਰਨ ਦੀ ਆਖਰੀ ਮਿਤੀ 20 ਅਗਸਤ ਹੈ ਅਨੁਸੂਚੀ ਜਾਤੀਆਂ ਦੇ ਵਿਕਾਸ ਲਈ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਅਗਵਾਈ ਵਾਲੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਕਿ ਕਿਸੇ ਵੀ ਵਰਗ ਦੇ ਨਾਲ ਜਿੱਥੇ-ਜਿੱਥੇ ਲੋੜ ਹੈ ਉਹਨਾਂ ਦੇ ਨਾਲ ਖੜਿਆ ਜਾਵੇ ਇਸ ਗੱਲ ਦਾ ਦਾਵਾ ਖੁਦ ਡਾਕਟਰ ਬਲਜੀਤ ਕੌਰ ਨੇ ਕੀਤਾ ਕੈਬਨਿਟ ਮੰਤਰੀ ਨੇ ਕੀਤਾ ਪੰਜਾਬ ਰਾਜ ਦੇ ਸਨੀਕ ਯੋਗ ਗ੍ਰੈਜੂਏਟ ਬੀਏ ਪਾਸ ਘੱਟੋ-ਘੱਟ ਉਮੀਦਵਾਰਾਂ ਨੂੰ ਪੰਜਾਬੀ ਸਟੈਨੋਗ੍ਰਾਫੀ ਦੀ ਸਿਖਲਾਈ ਲਈ ਭਾਸ਼ਾ ਵਿਭਾਗ ਵੱਲੋਂ ਪੰਜਾਬ ਵੱਲੋਂ ਜ਼ਿਲ੍ਹਾ ਪਧਰੀ ਚਲਾਏ ਜਾ ਰਹੇ ਸਿਖਲਾਈ ਕੇਂਦਰਾਂ ਵਿੱਚ 1 ਸਾਲ ਦੀ ਮੁਫਤ ਟ੍ਰੇਨਿੰਗ ਦੇਣ ਦੇ ਲਈ 20 ਅਗਸਤ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ ਤੇ ਅਧਿਕਾਰਤਾ ਤੇ ਘੱਟ ਗਿਣਤੀ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਬਿਨਾਂ ਕਾਰਨ ਅਨੁਸੂਚੀ ਜਾਤੀ ਨਾਲ ਸੰਬੰਧਤ ਅਤੇ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ। ਅਨੁਸੂਚੀ ਜਾਤੀ ਦੇ ਕੇਵਲ ਬੇਰੁਜ਼ਗਾਰ ਉਮੀਦਵਾਰ ਜਿਸ ਦੀ ਘੱਟੋ-ਘ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਤੇ 10ਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਨੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਅਨੁਸੂਚੀ ਜਾਤੀਆਂ ਨਾਲ ਸੰਬੰਧਿਤ ਨਿਸ਼ਚਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਉਮੀਦਵਾਰ ਆਪਣੀ ਦਰਖਾਸਤ ਨਿਰਧਾਰਤ ਪਰਫਾਰਮੇ ਵਿੱਚ ਆਪਣੇ ਜ਼ਿਲ੍ਹੇ ਦੇ ਸੰਬੰਧਿਤ ਜ਼ਿਲ੍ਹਾ ਭਾਸ਼ਾ ਅਫਸਰ ਤੇ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੂੰ ਤੇ ਸਰਕਾਰੀ ਕਾਲਜ ਫੇਜ਼ 6 ਐਸਐਸ ਨਗਰ ਆਪਣੇ ਸਰਟੀਫਿਕੇਟਾਂ ਦੀਆਂ ਤਸਦੀਕ شدہ ਨਕਲਾਂ ਤੇ ਮੌਜੂਦਾ ਪਾਸਪੋਰਟ ਸਾਈਜ਼ ਦੀ ਫੋਟੋ ਸਹਿਤ ਪਰਫਾਰਮੇ ਵਿੱਚ ਮਿਤੀ 20 ਅਗਸਤ 2023 ਤੱਕ ਭੇਜ ਸਕਦੇ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਮੀਦਵਾਰ ਇੰਟਰਵਿਊ ਦੇ ਲਈ 28/8/2023 ਨੂੰ ਸਵੇਰੇ 9 ਵਜੇ ਤੱਕ ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਭਾਸ਼ਾ ਅਫਸਰ ਦੇ ਦਫ਼ਤਰ ਵਿੱਚ ਆਪਣੇ ਅਸਲ ਸਰਟੀਫਿਕੇਟ ਸਹਿਤ ਇੰਟਰਵਿਊ ਲਈ ਹਾਜ਼ਰ ਹੋਣਗੇ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬੀ ਸਟੈਨੋਗ੍ਰਾਫੀ ਦੀ ਟ੍ਰੇਨਿੰਗ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਤੇ ਚਲਾਏ ਜਾ ਰਹੇ ਸਿਖਲਾਈ ਕੇਂਦਰ ਪਟਿਆਲਾ ਸੰਗਰੂਰ ਜਲੰਧਰ ਰੂਪਨਗਰ ਚੰਡੀਗੜ੍ਹ ਕੈਂਪਸ ਐਟ ਫੇਸ ਜਿਹੜਾ 6 ਪੈਂਦਾ ਹੈ ਮੁਹਾਲੀ ਦਾ ਉੱਥੇ ਵੀ ਜਿਹੜੇ ਭਾਸ਼ਾ ਵਿਭਾਗ ਦੇ ਸਥਾਪਿਤ ਸੈਂਟਰਾਂ ਵਿੱਚ ਦਿੱਤੀ ਜਾਣੀ ਹੈ ਇਹਨਾਂ ਸਖਲਾਈ ਕੇਂਦਰਾਂ ਵਿੱਚ ਕੁੱਲ 80 ਸੀਟਾਂ ਨੇ ਜਿਨ੍ਹਾਂ ਵਿੱਚੋਂ ਚੰਡੀਗੜ੍ਹ ਕੈਂਪਸ ਜਿਹੜਾ ਕਿ ਮੁਹਾਲੀ ਦੇ ਵਿੱਚ ਵੀ ਪੈਂਦਾ ਵਿਖੇ ਚੱਲ ਰਹੇ ਸੈਂਟਰ ਲਈ 20 ਅਤੇ ਬਾਕੀ ਸੈਂਟਰਾਂ ਵਿੱਚ 15-15 ਸੀਟਾਂ ਨੇ ਇਸ ਦੇ ਲਈ ਉਮੀਦਵਾਰਾਂ ਦੀ ਜਿਹੜੀ ਫੀਸ ਹੈ ਉਹ 250 ਰੁਪਏ ਪ੍ਰਤੀ ਮਹੀਨਾ ਵਜੀਫਾ ਜਿਹੜਾ ਉਹ ਵੀ ਦਿੱਤਾ ਜਾਵੇਗਾ ਮੁਫਤ ਟ੍ਰੇਨਿੰਗ ਸੈਂਟਰ ਦੇ ਵਿੱਚ ਉਹ ਲੈ ਸਕਦੇ ਨੇ ਸਖਲਾਈ ਪੰਜਾਬੀ ਸਟੈਨੋਗ੍ਰਾਫੀ ਭਾਸ਼ਾ ਫਾਗ ਦੀ ਸਖਲਾਈ ਪ੍ਰਾਪਤ ਕਰਨ ਸੰਬੰਧੀ ਦਾਖਲੇ ਲਈ ਪਰਫਾਰਮਾ ਵਿਭਾਗ ਦੀ ਵੈਬਸਾਈਟ ਦੇ ਉੱਤੇ ਉਪਲਬਧ ਹੈ ਉਥੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਜੋ ਕਿ ਵੈਬਸਾਈਟ ਇਸ ਤਰ੍ਹਾਂ ਹੈ www.welfare.punjab.government.in ਇੱਥੇ ਜਾ ਕੇ ਤੁਸੀਂ ਉਹ ਪਰਫਾਰਮਾ ਡਾਊਨਲੋਡ ਕਰ ਸਕਦੇ ਹੋ ਔਰ ਸਟੈਨੋਗ੍ਰਾਫੀ ਦੇ ਕੋਰਸ ਦੇ ਲਈ ਅਪਲਾਈ ਕਰ ਸਕਦੇ ਹੋ ਅਗਲੀ ਖਬਰ ਜੁੜੀ ਹੈ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦੇ ਨਾਲ ਉਹਨਾਂ ਦੇ ਉੱਤੇ ਇਲਜ਼ਾਮ ਕਿਸ ਤਰ੍ਹਾਂ ਦੇ ਨੇ ਕੀ ਭ੍ਰਿਸ਼ਟਾਚਾਰ ਨਾਲ ਜੁੜਿਆ ਮਸਲਾ ਹੈ ਤੇ ਸ਼ਿਕਾਇਤ ਕਿਵੇਂ ਦਿੱਤੀ ਗਈ ਇਸ ਬਾਰੇ ਵੀ ਖਬਰ ਸਾਂਝੀ ਕਰ ਦਿੰਨੇ ਆ ਸੀਐਮ ਦੇ ਫੰਡ ਦਾ ਮਿਸਯੂਜ਼ ਕਰਨ ਨੂੰ ਲੈ ਕੇ ਉਹਨਾਂ ਨੇ ਕਰੀਬੀਆਂ ਨੂੰ ਫਾਇਦਾ ਪਹੁੰਚਾਉਣ ਪਚਾਇਆ ਇਸ ਦੀ ਸ਼ਿਕਾਇਤ ਹੋਈ ਹੈ ਰਿਸ਼ਵਤ ਲੈਣ ਦਾ ਦੋਸ਼ ਵੀ ਲੱਗਿਆ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਿਵਾਦਾਂ ਵਿੱਚ ਘਿਰਦੇ ਦਿਖਾਈ ਦੇ ਰਹੇ ਨੇ ਟਰਾਂਸਫਰ ਦੇ ਵਿੱਚ ਮਾਮਲੇ ਦੇ ਵਿੱਚ ਉਸੇ ਆੜ ਦੇ ਵਿੱਚ ਰਿਸ਼ਵਤ ਲੈਣ ਦੇ ਦੋਸ਼ ਲੱਗੇ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਗੜ ਸ਼ੰਕਰ ਤੋਂ ਵਧਾ ਐਕਟ ਜੈਕ ਕਿਸ਼ਨ ਸਿੰਘ ਰੋੜੀ ਦੇ ਖਿਲਾਫ ਆਪਣੇ ਅਹੁਦੇ ਤੇ ਸਰਕਾਰੀ ਫੰਡ ਦੇ ਦੁਰਵਰਤੋਂ ਦੇ ਸਬੰਧ ਵਿੱਚ ਸੀਐਮ ਭਗਵੰਤ ਮਾਨ ਨੂੰ ਸ਼ਿਕਾਇਤ ਦਿੱਤੀ ਗਈ ਹੈ ਇਹ ਸ਼ਿਕਾਇਤ ਨਵਾਂ ਸ਼ਹਿਰ ਨਿਵਾਸੀ ਪ੍ਰਵਿੰਦਰ ਸਿੰਘ ਕਿਤਨਾ ਨੇ ਮੁੱਖ ਮੰਤਰੀ ਮਾਨ ਸਮੇਤ ਵਿਜੀਲੈਂਸ ਡੀਜੀਪੀ ਨੂੰ ਦਿੱਤੀ ਹੈ ਸ਼ਿਕਾਇਤਕਰਤਾ ਪ੍ਰਵਿੰਦਰ ਸਿੰਘ ਨੇ ਡਿਪਟੀ ਸਪੀਕਰ ਤੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਾਉਣ ਦੇ ਲਈ ਵਿਜੀਲੈਂਸ ਦੇ ਕੋਲ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵਿੱਚ ਰੋੜੀ ਬਤੌਰ ਵਿਰੋਧੀ ਧਿਰ ਦੇ ਵਿੱਚ ਨੇਤਾ ਹੋਣ ਦੇ ਦੌਰਾਨ ਆਪਣੇ ਇਲਾਕੇ ਦੇ ਵਿੱਚ ਪ੍ਰਦੂਸ਼ਣ ਗੈਰ ਕਾਨੂੰਨੀ ਮਾਈਨਿੰਗ ਸਮੇਤ ਹੋਰ ਕਈ ਮੁੱਦਿਆਂ ਦੇ ਉੱਤੇ ਬੋਲਦੇ ਦੇਖੇ ਗਏ ਪਰ ਜਦੋਂ ਤੋਂ ਮੌਜੂਦਾ ਸੱਤਾ ਕਾਲ ਦੇ ਵਿੱਚ ਆਏ ਨਹੀਂ ਉਹਨਾਂ ਦੇ ਦਰਾਂ ਨੂੰ ਚੁੱਪੀ ਧਾਰੀ ਬੈਠੇ ਨੇ ਇਸ ਦਾ ਕਾਰਨ ਹੈ ਕਿ ਉਹਨਾਂ ਦੁਆਰਾ ਗੈਰ ਕਾਨੂੰਨੀ ਮਾਈਨਿੰਗ ਤੇ ਐਸੀ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਭਾਈਚਾਰਾ ਰੱਖਣ ਦਾ ਦੋਸ਼ ਲਗਾ ਦਿੱਤਾ ਗਿਆ ਪਰਵਿੰਦਰ ਸਿੰਘ ਕਿਤਨਾ ਨੇ ਕਿਹੜੇ ਸਬੂਤ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੇ ਨੇ ਇਸ ਬਾਰੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਦਫ਼ਤਰ ਜਾਂ ਉਹਨਾਂ ਨੇ ਜਿਸ ਦੀ ਵੀ ਉਹ ਡਿਊਟੀ ਲਗਾਉਣਗੇ ਉਹੀ ਪੜਤਾਲ ਕਰ ਪਾਉਣਗੇ ਕਿ ਜਿਹੜੇ ਦੋਸ਼ ਲੱਗੇ ਨੇ ਇਹ ਸਹੀ ਨੇ ਜਾਂ ਸਰਾਸਰ ਗਲਤ ਨੇ ਗੱਲ ਇੱਥੇ ਨਹੀਂ ਖਤਮ ਹੁੰਦੀ ਬਦਲੀ ਦੇ ਮਸਲੇ ਦੇ ਵਿੱਚ ਆੜ ਦੇ ਵਿੱਚ 5 ਲੱਖ ਰੁਪਏ ਰਿਸ਼ਵਤ ਲੈਣ ਦਾ ਵੀ ਦੋਸ਼ ਲਗਾਇਆ ਗਿਆ ਸ਼ਿਕਾਇਤਕਰਤਾ ਨੇ ਕਿਹਾ ਕਿ ਵਿਧਾਇਕ ਦੁਆਰਾ ਮਾਰਕੀਟ ਕਮੇਟੀ ਦੇ ਇੱਕ ਕਰਮਚਾਰੀ ਦੀ ਬਦਲੀ ਨੂੰ ਲੈ ਕੇ ਉਸ ਤੋਂ ਕਥਿਤ ਤੌਰ ਦੇ ਉੱਤੇ 5 ਲੱਖ ਰੁਪਏ ਲਏ ਗਏ ਇੱਕ ਹੋਰ ਵਿਅਕਤੀ ਦੁਆਰਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਭੇਜੀ ਗਈ ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਹੈ ਕਿ ਜੈ ਕਿਸ਼ਨ ਸਿੰਘ ਰੂੜੀ ਨੇ ਉਸ ਤੋਂ ਇੱਕ ਕਾਨੂੰਨੀ ਕੰਮ ਕਰਵਾਉਣ ਦੇ ਲਈ 5 ਲੱਖ ਰੁਪਏ ਰਿਸ਼ਵਤ ਮੰਗੀ ਹੈ ਸ਼ਿਕਾਇਤਕਰਤਾ ਦੇ ਅਨੁਸਾਰ ਉਨ੍ਹਾਂ ਨੇ ਆਰਟੀਆਈ ਤੋਂ ਪਤਾ ਲੱਗਿਆ ਹੈ ਕਿ ਰੂੜੀ ਕੋਲ ਨਾ ਤਾਂ ਆਪਣੇ ਪਦ ਦੇ ਉੱਤੇ ਰਹਿਣ ਦਾ ਕੋਈ ਅਹਿਸਾਸ ਹੈ ਤੇ ਨਾ ਹੀ ਕੋਈ ਹੋਰ ਜਿਹੜੀ ਹੈ ਰਾਖ ਤਿਆਰ ਕਰ ਰਹੀ ਨਾ ਹੀ ਹਾਈ ਕੋਰਟ ਦੇ ਵਿੱਚ ਆਦੇਸ਼ਾਂ ਦੀਓ ਪਰਵਾ ਕਰਦੇ ਨਹੀਂ ਸਾਰੀਆਂ ਗੱਲਾਂ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਹੈ ਇਹ ਗੱਲ ਸ਼ਿਕਾਇਤ ਕਰਤਾ ਨੇ ਕਹੀ ਹੈ ਸ਼ਿਕਾਇਤ ਕਰਤਾ ਨੇ ਜਿਹੜੇ ਦੋਸ਼ ਲਗਾਏ ਨੇ ਉਸ ਦੇ ਵਿੱਚ ਕਿ ਹੈ ਕਿ ਕਰੀਬੀਆਂ ਨੂੰ ਮਕਾਨ ਨਿਰਮਾਣ ਦੇ ਲਈ 50-50 ਹਜ਼ਾਰ ਰੁਪਏ ਦੇ ਜਿਹੜੇ ਚੈੱਕ ਦਿੱਤੇਗੇ ਹੁਣ ਇਸ ਦੀ ਸੀਮਾ ਕੀ ਤੈਅ ਹੋਵੇਗੀ ਕਿਵੇਂ ਨਿਰਾਦਤ ਕੀਤੀ ਜਾਵੇਗੀ ਕਿ ਉਹਨਾਂ ਨੇ ਆਪਣੇਆਂ ਨੂੰ ਹੀ ਪੈਸੇ ਵੰਡੇ ਨੇ ਜਾਂ ਫਿਰ ਉਹਨਾਂ ਨੇ ਆਮ ਲੋਕ ਕਿਉਂਕਿ ਡਿਪਟੀ ਸਪੀਕਰ ਸਾਰਿਆਂ ਦੇ ਸਾਂਝੇ ਨੇ ਚਾਹੇ ਵਿਰੋਧੀ ਧਿਰ ਵਾਲੇ ਨੇ ਤੇ ਚਾਹੇ ਸੱਤਾ ਧਿਰ ਵਾਲੇ ਨੇ ਇਸ ਕਰਕੇ ਕੀ ਉਹਨਾਂ ਨੇ ਚੈੱਕ ਆਪਣੇ ਆਪਣੇ ਥਾਂ ਤੇ ਵੰਡੇ ਨੇ ਹੁਣ ਇਸ ਦੇ ਬਾਰੇ ਜੈ ਕਿਸ਼ਨ ਰੋੜੀ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂ ਫਿਰ ਜਿਹੜਾ ਵੀ ਇਸ ਦੇ ਉੱਤੇ ਜਵਾਬ ਮੰਗੇਗਾ ਉਸ ਨੂੰ ਕੀ ਜਵਾਬ ਦਿੰਦੇ ਨੇ ਇਹ ਸਾਰੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਹੈ ਮਾਈਨਿੰਗ ਨਾਕੇ ਦੇ ਉੱਤੇ ਹਰ ਮਹੀਨੇ 2 ਕਰੋੜ ਰੁਪਏ ਜਿਹੜਾ ਇਕੱਠਾ ਹੁੰਦਾ ਹੈ ਸ਼ਿਕਾਇਤਕਰਤਾ ਨੇ ਵੀ ਕਿਹਾ ਕਿ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਗੜਸ਼ੰਕਰ ਨੰਗਲ ਰੋਡ ਦੇ ਉੱਤੇ ਮਾਈਨਿੰਗ ਵਿਭਾਗ ਦਾ ਨਾਕਾ ਪਿੰਡ ਕੋਟ ਮੇਰਾ ਗੜਸ਼ੰਕਰ ਤੋਂ 10 ਕਿਲੋਮੀਟਰ ਤੇ ਸ਼ਿਫਟ ਕਰ ਦਿੱਤਾ ਗਿਆ ਜਿਹੜਾ ਪਿੰਡ ਸ਼ਾਹਪੁਰ ਸਦਰਪੁਰ ਗੜਸ਼ੰਕਰ ਤੋਂ 6 ਕਿਲੋਮੀਟਰ ਤੇ ਲਗਾਇਆ ਗਿਆ ਸੀ ਉਹਟ ਮੇਰਾ ਵਿੱਚ ਅਗਸਤ 2022 ਦੇ ਵਿੱਚ ਨਾਕਾ ਹੋਣ ਦੇ ਕਰਕੇ ਸਰਕਾਰ ਨੂੰ ਕੇਵਲ 26000 ਰੁਪਏ ਇਕੱਠੇ ਹੋਏ ਸੀ ਪਰ 20 ਸਤੰਬਰ 2022 ਤੋਂ ਇਹ ਨਾਕਾ ਸ਼ਾਹਪੁਰ ਸਦਰਪੁਰ ਸ਼ਿਫਟ ਹੋਇਆ ਤਾਂ 10 ਦਿਨਾਂ ਦੇ ਵਿੱਚ ਹੀ 529000 ਰੁਪਏ ਇਕੱਠੇ ਹੋ ਗਏ ਅਕਤੂਬਰ ਵਿੱਚ 4181000 ਰੁਪਏ ਨਵੰਬਰ ਦੇ ਵਿੱਚ 7084000 ਰੁਪਏ ਦਸੰਬਰ 2022 ਦੇ ਵਿੱਚ 1 ਕਰੋੜ 2647000 ਰੁਪਏ ਇਕੱਠੇ ਹੋਏ ਵਰਤਮਾਨ ਸਮੇਂ ਦੇ ਵਿੱਚ ਹਰ ਮਹੀਨੇ 2 ਕਰੋੜ ਰੁਪਏ ਜਿਹੜਾ ਰਾਜ ਸਰਕਾਰ ਇਕੱਠਾ ਕਰ ਰਹੀ ਹੈ ਇਸ ਤੋਂ ਮਾਈਨਿੰਗ ਨਾਕੇ ਦੇ ਉੱਤੇ ਰੋੜੀ ਦੇ ਰਿਸ਼ਵ ਜਿਹੜੇ ਰਿਸ਼ਤੇਦਾਰ ਨੇ ਉਹੋ ਹੀ ਨੌਕਰੀ ਕਰ ਰਹੇ ਨੇ ਇਸ ਨਾਕੇ ਦੇ ਉੱਤੇ ਰੋੜੀ ਦੇ ਕੁਝ ਲੋਕਾਂ ਦੇ ਰਿਸ਼ਤੇਦਾਰਾਂ ਦੇ ਵੱਲੋਂ ਨੌਕਰੀਆਂ ਦੇ ਉੱਤੇ ਰੱਖਿਆ ਹੋਇਆ ਹੈ ਇਹਨਾਂ ਦੇ ਵਿੱਚ ਇੱਕ ਪਰਿਵਾਰ ਦੇ ਦੋ ਮੈਂਬਰ ਸ਼ਾਮਲ ਨੇ ਇਹ ਵੀ ਦੱਸਿਆ ਗਿਆ ਕਿ ਕੁਝ ਵਿਅਕਤੀਆਂ ਨੇ ਮਾਈਨਿੰਗ ਵਿਭਾਗ ਦੇ ਜਾਲੀ ਰਸੀਦ ਤਿਆਰ ਕਰਕੇ ਕੁਝ ਕ੍ਰਸ਼ਰ ਵਾਲਿਆਂ ਨੂੰ ਵੇਚ ਕੇ ਕਰੋੜਾਂ ਦਾ ਕਪਲਾ ਕੀਤਾ ਹੈ ਰਸੀਦਾਂ ਵੇਚਣ ਵਾਲਿਆਂ ਦੇ ਵਿੱਚੋਂ ਇੱਕ ਵਿਅਕਤੀ ਜੈ ਕਿਸ਼ਨ ਸਿੰਘ ਰੋੜੀ ਦਾ ਕਰੀਬੀ ਦਸਿਆ ਸ਼ਿਕਾਇਤਕਰਤਾ ਨੇ ਇਸ ਦਾ ਨਤੀਜਾ ਇਹ ਹੋਇਆ ਕਿ ਹੁਣ ਸ਼ਿਕਾਇਤ ਪਹੁੰਚੀ ਹੈ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਇਸ ਮਸਲੇ ਦੇ ਵਿੱਚ ਇਹ ਕਿਹਾ ਗਿਆ ਕਿ ਖੁੱਲੇ ਆਮ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਇਸ ਮਸਲੇ ਦੇ ਵਿੱਚ ਖੁਦ ਡਿਪਟੀ ਸਪੀਕਰ ਜੈਕੇਸ਼ਨ ਸਿੰਘ ਰੋੜੀ ਸਾਹਮਣੇ ਆ ਕੇ ਕੀ ਪ੍ਰੈਸ ਕਾਨਫਰੰਸ ਦੇ ਰੂਪ ਵਿੱਚ ਜਾਂ ਫਿਰ ਮੁੱਖ ਮੰਤਰੀ ਨੂੰ ਕੀ ਜਵਾਬ ਲਿਖਤੀ ਰੂਪ ਦੇ ਵਿੱਚ ਭੇਜ ਦੇਣੀ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਅਗਲੀ ਖਬਰ ਬਹੁਤ ਹੀ ਮੰਦ ਭਾਗੀ ਹੈ ਕਬੱਡੀ ਖਿਡਾਰੀ ਦੇ ਨਾਲ ਜੁੜੀ ਹੋਈ ਹੈ ਜਿਸ ਦੀ ਮੌਤ ਹੋ ਗਈ ਛੱਟ ਲੱਗਣ ਦੇ ਨਾਲ ਟੂਰਨਾਮੈਂਟ ਕਾਫੀ ਕੌਮੀ ਪੱਧਰ ਤੇ ਕੁਮਾਂਤਰੀ ਪੱਧਰ ਤੇ ਉਸ ਖਿਡਾਰੀ ਨੇ ਖੇਡੇ ਹੋਏ ਨੇ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਥਾਣਾ ਦਾ ਰਹਿਣ ਵਾਲਾ ਉਹ ਨੌਜਵਾਨ ਦੱਸਿਆ ਜਾ ਰਿਹਾ ਮਨਪ੍ਰੀਤ ਮਨੂ ਮਸ਼ਹੂਰ ਜਾਫੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਕਬੱਡੀ ਜਗਤ ਦੇ ਅੰਦਰ ਉਸ ਦੀ ਮੌਤ ਹੋ ਗਈ ਹੈ ਮਨ ਭਾਗੀ ਖਬਰ ਸਾਹਮਣੇ ਆਈ ਹੈ ਗੁਰਦਾਸਪੁਰ ਦੇ ਪਿੰਡ ਥਾਣਾ ਦਾ ਰਹਿਣ ਵਾਲਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਉਰਫ ਮਨੂ ਮਸਾਣਾ ਦੀ ਮੌਤ ਹੋਈ ਹੈ ਉਹਨਾਂ ਦੇ ਪਿੰਡ ਖਤਰਾਈ ਕਲਾਂ ਜ਼ਿਲ੍ਹਾ ਅਮਰitsar ਦੇ ਵਿੱਚ ਚੱਲ ਰਹੇ ਕਬੱਡੀ ਕੱਪ ਮੈਚ ਦੇ ਦੌਰਾਨ ਸਿਰ ਦੇ ਵਿੱਚ ਛੱਟ ਲੱਗੀ ਸੀ ਮਨੂਸ ਮਸਾਣਾ ਨੇ ਪਹਿਲਾ ਮੈਚ ਨਿਊਜ਼ੀਲੈਂਡ ਦੇ ਵਿੱਚ ਖੇਡਿਆ ਸੀ ਜਿਸ ਤੋਂ ਬਾਅਦ ਉਸ ਦੀ ਚਰਚਾ ਪੂਰੇ ਕਬੱਡੀ ਜਾਗਰ ਦੇ ਵਿੱਚ ਹੋਣ ਲੱਗੀ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਹਲਕੇ ਨਾਲ ਸਬੰਧਤ ਮਸਾਣਾ ਪਿੰਡ ਦੇ ਸਰਪੰਚ ਵਿਕਰਮਜੀਤ ਸਿੰਘ ਨੇ ਕਿਹਾ ਕਿ ਮਨੂ ਪਿੰਡ ਦੇ ਵਿੱਚ ਇੱਕ ਅਜਿਹਾ ਨੌਜਵਾਨ ਸੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੀ ਜਿਹੜਾ ਕਬੱਡੀ ਖਿਡਾਰੀ ਦੇ ਤੌਰ ਦੇ ਉੱਤੇ ਵਿਚਰਦਾ ਆ ਰਿਹਾ ਸੀ ਇੱਕ ਮਜ਼ਬੂਤ ਜਾਫੀ ਦੇ ਤੌਰ ਦੇ ਉੱਤੇ ਆਪਣੇ ਖੇਡ ਦਾ ਪ੍ਰਦਰਸ਼ਨ ਕਰਦਾ ਸੀ ਉਸਦੇ ਪਿਤਾ ਦਾ ਪਿਛਲੇ ਮਹੀਨੇ ਹੀ ਦਿਹਾਂਤ ਹੋਇਆ ਸੀ ਤੇ ਹੁਣ ਪਰਿਵਾਰ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਉਸਦੇ ਪਿਤਾ ਮੋਹਨ ਸਿੰਘ ਦਾ ਪਿਛਲੇ ਮਹੀਨੇ ਦਿਹਾਂਤ ਹੋਇਆ ਹੈ ਹਾਲੀ ਦੇ ਵਿੱਚ ਉਸਨੇ ਨਿਊਜ਼ੀਲੈਂਡ ਦੇ ਵਿੱਚ ਉਹ ਕਬੱਡੀ ਖੇਡਦਾ ਖੇਡਦਾ ਵਾਪਸ ਆਇਆ ਸੀ ਤੇ ਉਸਦੇ ਪਰਿਵਾਰ ਨੇ ਛੋਟੇ ਭਰਾ ਪ੍ਰਭਜੋਤ ਸਿੰਘ ਤੇ ਪਤਨੀ ਤੇ ਇੱਕ ਬੱਚਾ ਹੈ ਉਸ ਦੇ ਪਰਿਵਾਰ ਦੇ ਅੰਦਰ ਔਰ ਇੱਕ ਕਬੱਡੀ ਖਿਡਾਰੀ ਮਨਪ੍ਰੀਤ ਮਾਨੂੰ ਜਿਸ ਦੀ ਕਬੱਡੀ ਮੈਚ ਖੇਡਦੇ ਦੌਰਾਨ ਸਿਰ ਦੇ ਵਿੱਚ ਸੱਟ ਲੱਗਦੀ ਹੈ ਤੇ ਉਸ ਦੇ ਚਲਦੇ ਉਸ ਨੇ ਆਪਣਾ ਆਖਰੀ ਸਾਲ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਫਿਰ ਹੱਲਾ ਬੋਲਿਆ। ਹੱਲਾ ਕਿਸ ਕਰਕੇ ਬੋਲਿਆ ਗਿਆ? ਕਾਂਗਰਸ ਤੇ ਆਪ ਦਾ ਗੱਠ ਜੋੜ ਸ਼੍ਰੋਮਣੀ ਅਕਾਲੀ ਦਲ ਦੀ ਅੱਖ ਦੇ ਵਿੱਚ ਰੜਕ ਰਿਹਾ ਹੈ ਇਸੇ ਕਰਕੇ ਫਿਰ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਵੱਡੇ ਸਵਾਲ ਖੜੇ ਕੀਤੇ ਗਏ ਕੌਮੀ ਪੱਧਰ ਤੇ ਗੱਠ ਜੋੜ ਹੋਣ ਮਗਰੋਂ ਵਿਜੀਲੈਂਸ ਬਿਊਰੋ ਨੇ ਕਾਂਗਰਸੀ ਆਗੂਆਂ ਖਿਲਾਫ ਚੁੱਪੀ ਧਾਰ ਲਈ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਵਿਜੀਲੈਂਸ ਦੀ ਚੋਣ ਵੀ ਵਰਤੋਂ ਪੈਸੇ ਦੇ ਲੈਣ ਦੇਣ ਤੇ ਗੁਪਤ ਸਮਝੌਤਿਆਂ ਵੱਲ ਕਰਦੀ ਹੈ ਇਸ਼ਾਰਾ ਅਰਸ਼ਦੀਪ ਸਿੰਘ ਕਲੇਰ ਜਿਹੜੇ ਕੀ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹਨਾਂ ਨੇ ਇਲਜ਼ਾਮ ਲਾਏ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਗੱਠਿਆਂ ਨੂੰ ਘੇਰ ਕੇ ਅਜਿਹੇ ਰਗੜੇ ਲਾਇਨੇ ਔਰ ਕੈਦਤਾ ਹਵਾਲਾ ਦਿੰਦਿਆਂ ਹੋਇਆਂ ਕੌਮੀ ਪੱਧਰ ਤੇ ਇੰਡੀਆ ਨਾਮ ਦਾ ਜਿਹੜਾ ਗੱਠ ਜੋੜ ਬਣਨ ਤੋਂ ਬਾਅਦ ਸੂਬੇ ਵਿੱਚ ਵਿਜੀਲੈਂਸ ਨੇ ਕਾਂਗਰਸੀ ਆਗੂਆਂ ਖਿਲਾਫ ਚੁੱਪੀ ਧਾਰ ਲਈ ਹੈ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਉਹਨਾਂ ਨੇ ਲੀਗਲ ਸੈੱਲ ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਭਾਵੇਂ ਪਹਿਲਾਂ ਵਿਜੀਲੈਂਸ ਬਿਊਰੋ ਨੂੰ ਕਾਂਗਰਸੀ ਆਗੂਆਂ ਖਿਲਾਫ ਵੱਡੀ ਪੱਧਰ ਤੇ ਵੇਖਿਆ ਜਾ ਰਿਹਾ ਸੀ ਤੇ ਉਹ ਵੀ 94 ਰੂਪ ਵਿੱਚ ਵਰਤਿਆ ਜਾ ਰਿਹਾ ਸੀ ਪਰ ਹੁਣ ਤੌਮੀ ਪੱਧਰ ਤੇ ਗੱਠਜੋੜ ਹੋਣ ਮਗਰੋਂ ਇਸ ਦੀ ਵਰਤੋਂ ਨੂੰ ਮੁਕੰਮਲ ਬ੍ਰੇਕਾਂ ਲੱਗ ਗਈਆਂ ਨੇ ਕਿਉਂਕਿ ਦੋਵੇਂ ਪਾਰਟੀਆਂ ਗੱਠਜੋੜ ਦੀਆਂ ਮੈਂਬਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਵੀ ਨੇ ਤਾਂ ਉਹਨਾਂ ਨੂੰ ਰਣਜੀਤ ਟਰਾਫੀ ਦੇ ਸਾਬਕਾ ਖਿਡਾਰੀ ਜਸਵਿੰਦਰ ਸਿੰਘ ਬੈਦਵਾ ਨੂੰ ਇਨਸਾਫ ਦਿਵਾਉਣ ਤੋਂ ਕੌਣ ਰੋਕ ਰਿਹਾ ਜਿਸ ਬਾਰੇ ਉਹਨਾਂ ਦਾ ਦਾਵਾ ਕੀਤਾ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਨੌਕਰੀ ਬਦਲੇ ਉਹਨਾਂ ਤੋਂ 2 ਕਰੋੜ ਕਰੋੜ ਰੁਪਏ ਮੰਗੇ ਸਨ ਉਹਨਾਂ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਵਿਜੀਲੈਂਸ ਤੇ ਪੁਲਿਸ ਚੰਨੀ ਦੀ ਭਾਲ ਕਿਉਂ ਨਹੀਂ ਕਰ ਰਹੀ ਕਿਉਂਕਿ ਉਹਨਾਂ ਦਾ ਰੇ ਦੇਰ ਰਾਤ ਦੀਆਂ ਮੀਟਿੰਗਾਂ ਵਿੱਚ ਮੁੱਖ ਮੰਤਰੀ ਨਾਲ ਗੁਪਤ ਸਮਝੌਤਾ ਹੋ ਗਿਆ ਹੈ ਵੱਡੇ ਇਲਜ਼ਾਮ ਲਾਏ ਨੇ ਕਿ ਕਾਂਗਰਸ ਦੇ ਜਿਹੜੇ ਆਗੂ ਨੇ ਖਾਸ ਕਰਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਦੀਆਂ ਮੀਟਿੰਗਾਂ ਦਾ ਇੱਥੇ ਹਵਾਲਾ ਦਿੱਤਾ ਜਾ ਰਿਹਾ ਹੈ ਉਹਨਿਸ ਦੇ ਸਬੂਤ ਸ਼੍ਰੋਮਣੀ ਕਾਲੀ ਦਲ ਕੋਲ ਕੀ ਨੇ ਔਰ ਕਿਹੜੇ ਆਧਾਰ ਤੇ ਕਿਹਾ ਜਾ ਰਿਹਾ ਹੈ ਇਹ ਵੀ ਗੱਲ ਸੋਚਣ ਵਾਲੀ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵੀ ਬਰੇ ਐਡਵੋਕੇਟ ਕਲੇਰ ਉਹਨਾਂ ਨੇ ਆਖਿਆ ਕਿ ਉਹ ਸਟੇਜਾਂ ਤੋਂ ਦਾਅਵੇ ਕਰਦੇ ਸਨ ਕਿ 75 25 ਦੀ ਸਰਕਾਰ ਹੈ ਉਹਨਾਂ ਕਿਹਾ ਕਿ ਪੰਜਾਬੀਆਂ ਨੇ ਇਸ ਦੀ ਅਸਲੀਅਤ ਵੀ ਵੇਖ ਲਈ ਹੈ ਕਿਵੇਂ ਕਾਂਗਰਸ ਸਰਕਾਰ ਵੇਲੇ ਦਾ ਜਿਹੜਾ ਕਾਂਗਰਸ ਦਾ 75 ਤੇ ਆਪ ਦਾ 25 ਫੀਸਦੀ ਹਿੱਸਾ ਸੀ ਹੁਣ ਆਪ ਦੀ ਸਰਕਾਰ ਬਣਨ ਮਗਰੋਂ ਸਥਿਤੀ ਉਲਟ ਹੋ ਗਈ ਹੈ ਆਪ ਦਾ ਹੁਣ ਵੱਡਾ ਹਿੱਸਾ ਉਨਾ ਕਿਹਾ ਕਿ ਮੀਡੀਆ ਰਿਪੋਰਟਾਂ ਵਿੱਚ ਵੀ ਸਾਹਮਣੇ ਆਇਆ ਕਿ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਰਲ ਕੇ ਲੜਨਗੀਆਂ ਆਪ ਅੱਠ ਤੇ ਕਾਂਗਰਸ ਪੰਜ ਸੀਟਾਂ ਦੇ ਚੋਣ ਲੜੇਗੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਵੀ حسابਤਾ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ ਪਿਛਲੇ ਮਹੀਨਿਆਂ ਤੋਂ ਪੰਜਾਬੀ ਹੜ੍ਹਾਂ ਕਾਰਨ ਭਾਰੀ ਨੁਕਸਾਨ ਚੱਲ ਰਹੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਵੱਡੇ ਦਾਅਵੇ ਕਰਨ ਤੋਂ ਇਲਾਵਾ ਕੋਈ ਰਾਹਤ ਨਹੀਂ ਦਿੱਤੀ ਗਈ ਇਸ ਗੱਲ ਨੂੰ ਲੈ ਕੇ ਹੀ ਕਈ ਮੁੱਦਿਆਂ ਦੇ ਉੱਤੇ ਹੋਰ ਘੇਰਦੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰੈਸ ਕਾਨਫਰੰਸ ਅਗਲੀ ਖਬਰ ਜੁੜੀ ਹੈ ਕਾਂਗਰਸ ਪਾਰਟੀ ਦੇ ਨਾਲ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਸਬੰਧਤ ਜਿਹੜੇ ਪੀੜਤ ਘਰ ਨੇ ਉਹਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਸਮੇਂ ਸਿਰ ਦੇ ਉੱਤੇ ਨਹੀਂ ਦਿੱਤੀ ਗਈ ਜਿੱਥੇ ਦਿੱਤੀ ਗਈ ਵੀ ਰਾਸ਼ੀ ਉਹ ਬੜੀ ਹੀ ਨਾਮਾਤਰ ਸੀ ਉਹ ਸਰਾਸਰ ਸਰਕਾਰ ਉਹਨਾਂ ਗਰੀਬ ਲੋਕਾਂ ਦੇ ਨਾਲ ਮਜ਼ਾਕ ਕਰ ਰਹੀ ਹੈ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਜਿਹੜੇ ਕਿਸਾਨ ਬੁਰੀ ਤਰ੍ਹਾਂ ਬਰਬਾਦ ਹੋ ਗਏ ਕਈਆਂ ਦਾ ਪਸ਼ੂ ਧਨ ਹਮੇਸ਼ਾ ਦੇ ਲਈ ਖਤਮ ਹੋ ਗਿਆ ਮੁਆਵਜ਼ੇ ਦੀ ਰਾਸ਼ੀ ਹੈ ਜਿਹੜੀ ਉਹ 50000 ਰੁਪਏ ਪ੍ਰਤੀ ਏਕੜ ਕਿਸਾਨਾਂ ਦੀ ਜਿਨ੍ਹਾਂ ਦੀ ਫਸਲ ਮਾਰੀ ਗਈ ਉਹਨਾਂ ਨੂੰ ਦੇਣ ਦੀ ਮੰਗ ਔਰ ਜਿਨ੍ਹਾਂ ਨੇ ਜੀ ਗਵਾਏ ਆਪਣੇ ਉਹਨਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਔਰ ਜਿਨ੍ਹਾਂ ਦੇ ਪਸ਼ੂ ਧਨ ਜਿਹੜਾ ਗਿਆ ਜਾਂ ਹੋਰ ਵੱਡਾ ਨੁਕਸਾਨ ਹੋਇਆ ਉਹਨਾਂ ਤੱਕ 5 ਲੱਖ ਰੁਪਏ ਤੱਕ ਦਾ ਪਰਿਵਾਰ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਜਾਵੇ ਮੰਗ ਲਗਾਤਾਰ ਕਾਂਗਰਸ ਸਰਕਾਰ ਕਰ ਰਹੀ ਹੈ ਰਾਜਾ ਬੜਿੰਗ ਨੇ ਇੱਕ ਪਰਵਿੰਦਰ ਨਾਮ ਦੇ ਜਿਹੜਾ ਇੱਕ ਦੁਖੀ ਪਰਿਵਾਰ ਸੀ ਉਸ ਨੂੰ 50000 ਰੁਪਏ ਸੌਂਪੇ ਨੇ ਦਰਸਾ ਲੋ ਵੱਖ-ਵੱਖ ਥਾਵਾਂ ਦਾ ਦੌਰਾ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਲੀਡਰ ਇਸੇ ਦੇ ਦੌਰਾਨ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜਿੰਗ ਨੇ ਪਾਤਣਾ ਪਟਿਆਲਾ ਦੇ ਪਿੰਡ ਸੇਲ ਵਾਲਾ ਦਾ ਦੌਰਾ ਕੀਤਾ ਤੇ ਹਾਲੀ ਦੇ ਵਿੱਚ ਆਏ ਹੜ੍ਹਾਂ ਕਾਰਨ ਫਸਲਾਂ ਦੇ ਨੁਕਸਾਨ ਤੇ ਵੱਧ ਰਹੇ ਕਰਜ਼ੇ ਕਾਰਨ ਤਣਾਅ ਵਿੱਚ ਖੁਦਕੁਸ਼ੀ ਕਰ ਗਏ ਪਰਵਿੰਦਰ ਦੇ ਦੁਖੀ ਪਰਿਵਾਰ ਨੂੰ ਆਪਣੀ ਤਨਖਾਹ ਵਿੱਚੋਂ 50000 ਰੁਪਏ ਦੀ ਸਹਾਇਤਾ ਰਾਸ਼ੀ ਸੌਂਪੀ ਹੈ ਭਗਵੰਤ ਮਾਨ ਦੀ ਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨ ਭਾਈਚਾਰੇ ਪ੍ਰਤੀ ਅੱਖਾਂ ਬੰਦ ਕਰਨ ਦੀ ਨਖੇਦੀ ਕਰਦੇ ਆ। ਸੂਬਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਇਹ ਯਕੀਨ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਕਿਸੇ ਵੀ ਪਰਿਵਾਰ ਨੂੰ ਮੁੜ ਜਈ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਰਾਜਾ ਵੜਿੰਗ ਨੇ ਕਿਹਾ ਕਿ ਗਿਰਦਾਵਰੀ ਦੀ ਪ੍ਰਕਿਰਿਆ ਤੇਜ਼ ਕਰਨ ਤੇ ਕਿਸਾਨਾਂ ਨੂੰ ਰਾਹਤ ਦੇਣ ਦੇ ਹੁਕਮ ਦੇਣ ਦੀ ਬਜਾਏ ਮੁੱਖ ਮੰਤਰੀ ਇਸ਼ਤਿਆਰबाजी ਗਤੀਵਿਧੀਆਂ ਤੇ ਸਵੈ ਪ੍ਰਚਾਰ ਵਿੱਚ ਸਮਾਂ ਖਰਾਬ ਕਰ ਰਹੇ ਨੇ। ਹੁਣ ਤੱਕ ਉਸ ਨੂੰ ਉਹਨਾਂ ਲੋਕਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰ ਦੇਣਾ ਚਾਹੀਦਾ ਸੀ ਜਿਨ੍ਹਾਂ ਨੇ ਹਾਲੀਆ ਘੜੀ ਦੇ ਵਿੱਚ ਹੜ੍ਹਾਂ ਦੇ ਵਿੱਚ ਲਗਭਗ ਸਭ ਕੁਝ ਗਵਾ ਦਿੱਤਾ ਹੈ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐ ਵੀ ਆਖਿਆ ਕਿ ਬਹੁਤ ਹੀ ਦੁਖਦਾਈ ਹੈ ਕਿ ਪਰਵਿੰਦਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕੀਤਾ ਉਹ ਪਹਿਲਾਂ ਹੀ ਕਰਜੇ ਹੇਠ ਦੱਬਿਆ ਹੋਇਆ ਸੀ ਹਾਲੀ ਵਿੱਚ ਆਏ ਹੜ੍ਹਾਂ ਦੇ ਕਾਰਨ ਉਸ ਦੀ ਫਸਲ ਬਰਬਾਦ ਹੋ ਗਈ ਉਸ ਦੀ ਲਗਭਗ 14 ਤੋਂ 15 ਏਕੜ ਫਸਲ ਦੋ ਵਾਰ ਖਰਾਬ ਹੋ ਗਈ ਵੜਿੰਗ ਨੇ ਦੋਸ਼ ਲਾਇਆ ਕਿ ਆਪ ਸਰਕਾਰ ਨੇ ਸੂਬੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਘਟਾਉਣ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਦੀ ਅਣਦੇਖੀ ਤੇ ਆਸਮਰੱਥਾ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਅਦਾ ਕਰ ਦਿੱਤਾ ਹੈ ਸੂਬੇ ਵਿੱਚ ਖੁਦਕੁਸ਼ੀਆਂ ਦੇ ਮਾਮਲਿਆਂ ਵਿੱਚ ਲਗਾਤਾਰ ਤੇਜ਼ੀ ਨਾਲ ਵਾਧਾ ਹੀ ਹੁੰਦਾ ਦਿਖਾਈ ਦੇ ਰਿਹਾ ਇੱਕ ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਬੀਐਸਸੀ ਐਗਰੀਕਲਚਰ ਦਾ ਕੋਰਸ ਲਗਭਗ ਖਤਮ ਕਰ ਦਿੱਤਾ ਗਿਆ ਸੀ ਲੋਕਾਂ ਨੇ ਖਾਸ ਕਰਕੇ ਸਥਾਨਕ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਨੇ ਉਹ ਕੋਰਸ ਕਰਨਾ ਸੀ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਤੇ ਹੁਣ ਫੈਸਲਾ ਮੁੜ ਤੋਂ ਲਿਆ ਗਿਆ ਨਵੇਂ ਸਿਰ ਤੋਂ ਵਿਚਾਰ ਕੇ ਸਾਹਮਣੇ ਆਇਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਇਸ ਕੋਰਸ ਨੂੰ ਕਦੇ ਵੀ ਖਤਮ ਨਹੀਂ ਕਰਨ ਦਿੱਤਾ ਜਾਵੇਗਾ ਔਰ ਬੀਐਸਸੀ ਐਗਰੀਕਲਚਰ ਦਾ ਸਰਕਾਰੀ ਬਰਿੰਦਰਾ ਕਾਲਜ ਦੇ ਵਿੱਚ ਮੁੜ ਤੋਂ ਦਾਖਲੇ ਹੋਣਗੇ ਉਹ ਜਿਹੜਾ ਕੋਰਸ ਹੈ ਉਹ ਹਮੇਸ਼ਾ ਦੇ ਲਈ ਚੱਲਦਾ ਰਹੇਗਾ ਇਸ ਗੱਲ ਦੀ ਜਾਣਕਾਰੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਮਨ ਨੂੰ ਦਿੱਤੀ ਗਈ ਹੈ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਬੀਐਸਸੀ ਖੇਤੀਬਾੜੀ ਕੋਰਸ ਜਲਦ ਅਸੀਂ ਸ਼ੁਰੂ ਕਰ ਰਹੇ ਹਾਂ ਸਪੀਕਰ ਸੰਧਵਾ ਨੇ ਖੇਤੀਬਾੜੀ ਵਿਭਾਗ ਉਚੇਰੀ ਸਿੱਖਿਆ ਤੇ ਪੰਜਾਬੀ ਯੂਨੀਵਰਸਿਟੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਦੀ ਪ੍ਰਗਤੀ ਦਾ ਜ਼ਾਇਜ਼ਾ ਲਿਆ ਕਿ ਗੱਲ ਕਿੱਥੇ ਤੱਕ ਪੁੱਜੀ ਹੈ ਔਰ ਕਾਗਜ਼ਾ ਦੇ ਵਿੱਚ ਕੀ ਕੀ ਅੜਚਣ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਵਿਖੇ ਬੀਐਸਸੀ ਖੇਤੀਬਾੜੀ ਕੋਰਸ ਜਲਦ ਸ਼ੁਰੂ ਹੋ ਜਾਵੇਗਾ ਛੇਤੀ ਸੰਬੰਧੀ ਲੜਿੰਦੀਆਂ ਕਾਰਵਾਈਆਂ ਮੁਕੰਮਲ ਕਰ ਲਈਆਂ ਜਾਣਗੀਆਂ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਬੀਐਸਸੀ ਖੇਤੀਬਾੜੀ ਕੋਰਸ ਮੁੜ ਸ਼ੁਰੂ ਕਰਨ ਬਾਰੇ ਸਪੀਕਰ ਸੰਧਵਾ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਉੱਚੇਰੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਪ੍ਰੋਫੈਸਰ ਅਰਵਿੰਦ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਦਾ ਜਾਇਜ਼ਾ ਲਿਆ ਸਪੀਕਰ ਸੰਧਮਾਨ ਨੇ ਕਿਹਾ ਕਿ ਸਰਕਾਰੀ ਬ੍ਰਿਜੇਂਦਰਾ ਕਾਲਜ ਫਰੀਦਕੋਟ ਮਾਲਵੇ ਖੇਤਰ ਦੀ ਇੱਕ ਅਹਿਮ ਵਿਦਿਅਕ ਸੰਸਥਾ ਹੈ ਜਿੱਥੇ ਹੋਰਨਾਂ ਡਿਗਰੀਆਂ ਦੇ ਨਾਲ-ਨਾਲ ਬੀਐਸਸੀ ਖੇਤੀਬਾੜੀ ਕੋਰਸ ਵੀ ਪੜਾਇਆ ਜਾਂਦਾ ਸੀ। ਉਹਨਾਂ ਦੱਸਿਆ ਕਿ ਸਾਲ 2010 ਵਿੱਚ ਵਿਦਿਆਰਥੀਆਂ ਦੇ ਆਖਰੀ ਬੈਚ ਨੇ ਬੀਐਸਸੀ ਖੇਤੀਬਾੜੀ ਕੋਰਸ ਲਈ ਕਾਲਜ ਵਿੱਚ ਦਾਖਲਾ ਲਿਆ ਸੀ। ਇਸ ਵਾਰੇ ਉਸ ਦਾ ਬੈਚ ਦਾ ਆਖਰੀ ਸਾਲ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਕੋਰਸ ਕਰਨ ਦੇ ਚਾਹਵਾਨ ਇਲਾਕੇ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਣ ਤੋਂ ਰੋਕਣ ਲਈ ਬੰਦ ਕੀਤੇ ਗਏ ਇਸ ਕੋਰਸ ਨੂੰ ਮੁੜ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਬੰਦੀ ਸਾਰੇ ਵੀਰਵੇ ਇਕੱਠੇ ਕਰ ਲਏ ਗਏ ਨੇ ਨਾਲ ਹੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿੰਨੀਆਂ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਦੂਰ ਕਰਕੇ ਤੇ ਖੇਤੀ ਸਾਰੀਆਂ ਲੜਿੰਦੀਆਂ ਕਾਰਵਾਈਆਂ ਨੂੰ ਮੁਕੰਮਲ ਕਰਕੇ ਉੱਥੇ ਉਹ ਮੋੜ ਇਸ ਸੈਸ਼ਨ ਤੋਂ ਹੀ ਬੀਐਸਸੀ ਐਗਰੀਕਲਚਰ ਖੇਤੀਬਾੜੀ ਦਾ ਕੋਰਸ ਸ਼ੁਰੂ ਕਰਵਾ ਦਿੱਤਾ ਜਾਵੇਗਾ ਏਬੀਸੀ ਬੁਲੇਟਿਨ ਦੀਆਂ ਖਬਰਾਂ ਦਾ ਸਿਲਸਲਾ ਇੱਥੇ ਹੀ ਖਤਮ ਹੁੰਦਾ ਹੈ ਤੇ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ